ਸਤਿ ਸ਼੍ਰੀ ਅਕਾਲ ਜੀ, ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਸਾਰਿਆਂ ਦਾ ਮੇਰੇ ਸਰਬ ਕ੍ਰੀਏਸ਼ਨ ਯੂਟਿਊਬ ਚੈਨਲ 'ਤੇ। ਅੱਜ ਮੈਂ ਤੁਹਾਡੇ ਲਈ ਬਹੁਤ ਹੀ ਸੋਹਣਾ ਡਿਜ਼ਾਇਨ ਲੈ ਕੇ ਆਈ ਹਾਂ। ਬਹੁਤ ਹੀ ਸੌਖਾ ਬੁਣਾਈ ਵਿੱਚ ਵੀ ਆਪਣਾ ਜਿਹੜਾ ਇਹ ਡਿਜ਼ਾਇਨ ਇਸ ਤਰ੍ਹਾਂ ਕੇਬਲ ਬਣਦੀ ਜਾਂਦੀ ਹੈ ਅਤੇ ਵਿੱਚ ਜਿਹੜੇ ਇਸ ਤਰ੍ਹਾਂ ਚਾਰ ਚਾਰ ਕੁੰਡੇ ਸਿੱਧੇ ਰੱਖੇ ਹੋਏ ਆ। ਜੇਕਰ ਤੁਸੀਂ ਜ਼ਿਆਦਾ ਕੁੰਡੇ ਸਿੱਧੇ ਰੱਖਣੇ ਆ ਜਿਵੇਂ 4-6 ਤਾਂ ਇਸ ਤਰ੍ਹਾਂ ਵੱਧ ਕੁੰਡੇ ਵੀ ਰੱਖ ਸਕਦੇ ਹਾਂ। ਜਿਵੇਂ ਮੈਂ ਇੱਥੇ 4-4 ਰੱਖੇ, ਤੁਸੀਂ 6-6 ਰੱਖ ਸਕਦੇ ਹਾਂ। ਜਾਂ ਜਿਵੇਂ ਆਪਾਂ ਕੋਈ ਹੋਰ ਡਿਜ਼ਾਇਨ ਬਣਾ ਰਹੇ ਹੁੰਦੇ ਹਾਂ ਅਤੇ ਵਿੱਚ ਇਸ ਤਰ੍ਹਾਂ ਆਪਾਂ ਕੇਬਲ ਆ ਜਿਹੜੀ ਇਹ ਬਣਾ ਸਕਦੇ ਹਾਂ। 4-4 ਕੁੰਡਿਆਂ ਦੀ ਆਪਣੀ ਕੇਬਲ ਹੈ ਅਤੇ ਕਿਸੇ ਵੀ ਪ੍ਰੋਜੈਕਟ 'ਤੇ ਆਪਾਂ ਇਸ ਨੂੰ ਪਾ ਸਕਦੇ ਹਾਂ। ਜੈਂਟਸ ਸਵੈਟਰ, ਬੱਚਿਆਂ ਦੇ ਕੋਟੀਆਂ ਸਵੈਟਰ, ਆਪਣੇ ਕੋਟੀਆਂ ਸਵੈਟਰ, ਜੈਕਟ 'ਤੇ ਬਹੁਤ ਹੀ ਸੋਹਣਾ ਡਿਜ਼ਾਇਨ ਹੈ। ਸਿਰਫ 4 ਸਲਾਂਗਾਂ ਦਾ ਡਿਜ਼ਾਇਨ, 4 ਸਲਾਂਗਾਂ ਆਪਾਂ ਜਦੋਂ ਰਿਪੀਟ ਕਰਦੇ ਜਾਵਾਂਗੇ ਤਾਂ ਇਸ ਤਰ੍ਹਾਂ ਆਪਣੀ ਜਿਹੜੀ ਕੇਬਲ ਬਣਦੀ ਜਾਊਗੀ ਇਸ ਤਰ੍ਹਾਂ। ਇੱਥੇ ਥੋੜ੍ਹਾ ਜਿਹਾ ਡਿਜ਼ਾਇਨ ਮੈਂ ਬਣਾਇਆ, ਇਹਦੇ ਉੱਪਰ ਹੀ ਮੈਂ ਤੁਹਾਨੂੰ ਜਿਹੜੀਆਂ ਡਿਜ਼ਾਇਨ ਦੀਆਂ 4 ਸਲਾਂਗਾਂ ਬਣਾ ਕੇ ਦਿਖਾਉਂਗੀ। ਤੁਸੀਂ ਕੋਈ ਵੀ ਬਾਰਡਰ ਬਣਾਇਆ ਹੋਊਗਾ ਤਾਂ ਡਿਜ਼ਾਇਨ ਦੀ ਜਿਹੜੀ ਪਹਿਲੀ ਸਿਲਾਈ ਉਹ ਸਿੱਧੇ ਪਾਸੇ ਤੋਂ ਸ਼ੁਰੂ ਕਰਨੀ ਹੈ। ਜਿਵੇਂ ਮੈਂ ਇੱਥੇ ਬਾਰਡਰ ਬਣਾ ਕੇ ਜਿਹੜੀ ਪਹਿਲੀ ਸਿਲਾਈ ਡਿਜ਼ਾਇਨ ਦੀ ਬਣਾਈ ਆ ਉਹੀ ਸਿਲਾਈ ਮੈਂ ਇੱਥੋਂ ਸ਼ੁਰੂ ਕਰਨ ਜਾ ਰਹੀ ਹਾਂ। 8 ਦੇ ਮਲਟੀਪਲ 4 ਕੁੰਡੇ ਆਪਾਂ ਵਾਧੂ ਲੈਣੇ ਇਸ ਡਿਜ਼ਾਇਨ ਨੂੰ ਬਣਾਉਣ ਵਾਸਤੇ, ਜਿਵੇਂ 8-8-8 ਅਤੇ ਲਾਸਟ 'ਤੇ 4 ਕੁੰਡੇ ਵਾਧੂ ਰੱਖ ਲੈਣੇ ਤਾਂ ਜਿਹੜਾ ਆਪਣਾ ਡਿਜ਼ਾਇਨ ਹੈ ਸੈੱਟ ਹੋ ਜਾਂਦਾ। ਜੇਕਰ ਤੁਸੀਂ ਜਿਹੜੇ ਇਹ ਕੁੰਡੇ ਵਿੱਚ ਜ਼ਿਆਦਾ ਲੈ ਰਹੇ ਹਾਂ ਤਾਂ ਫਿਰ ਉਸ ਹਿਸਾਬ ਨਾਲ ਡਿਜ਼ਾਇਨ ਨੂੰ ਸੈੱਟ ਕਰ ਲੈਣਾ ਵੀ ਜਿਹੜਾ ਆਪਣਾ ਕੇਬਲ ਹੈ ਇਹ 4 ਕੁੰਡਿਆਂ ਦੀ ਹੈ। ਪਹਿਲੀ ਸਿਲਾਈ ਆਪਣੀ ਡਿਜ਼ਾਇਨ ਦੀ 4 ਕੁੰਡੇ ਆਪਾਂ ਬਣਾਵਾਂਗੇ ਸਿੱਧੇ। ਇੱਕ ਕੰਨੀ ਵਾਲਾ ਹੋ ਗਿਆ, ਫਿਰ ਇਹ 2-3-4 ਕੁੰਡੇ ਸਿੱਧੇ, 4 'ਤੇ ਆਊਗੀ ਕੇਬਲ। ਜਿਹੜੇ 2 ਕੁੰਡੇ ਇਹ ਪਿਛਲੇ ਆ ਇਹ ਅੱਗੇ ਆਉਣਗੇ। ਇਸ ਤਰ੍ਹਾਂ ਕਰਕੇ ਆਪਾਂ ਅੱਗੇ ਲੈ ਆਉਣੇ ਅਤੇ ਜਿਹੜੇ ਅਗਲੇ 2 ਕੁੰਡੇ ਆ ਇਹ ਲੈ ਜਾਣੇ ਪਿੱਛੇ। ਇਸ ਤਰ੍ਹਾਂ ਇਹ 2 ਕੁੰਡੇ ਅੱਗੇ ਲੈ ਆਵਾਂਗੇ ਇਸ ਤਰ੍ਹਾਂ। ਫਿਰ 4 ਕੁੰਡੇ ਆਪਾਂ ਸਿੱਧੇ ਬਣਾ ਦਿਆਂਗੇ। 1-2-3-4 ਅੱਗੇ ਵਿੱਚ ਜਿਹੜੇ 4 ਕੁੰਡੇ ਸਿੱਧੇ ਆ ਉਹਨਾਂ ਨੂੰ ਆਪਾਂ ਸਿੱਧੇ ਬਣਾ ਲਾਂਗੇ। 1-2-3-4 8 ਕੁੰਡਿਆਂ ਦਾ ਡਿਜ਼ਾਇਨ ਹੈ ਆਪਣਾ। 4 ਸਿੱਧੇ, 4 'ਤੇ ਕੇਬਲ, ਫਿਰ 4 ਸਿੱਧੇ, 4 'ਤੇ ਕੇਬਲ ਆਊਗੀ ਹੁਣ ਆਪਣੀ। ਉਸੇ ਤਰ੍ਹਾਂ ਪਿਛਲੇ 2 ਕੁੰਡੇ ਆਪਾਂ ਅੱਗੇ ਲੈ ਆਉਣੇ ਅਤੇ ਅਗਲੇ ਜਿਹੜੇ ਕੁੰਡੇ ਆ ਉਹ ਪਿੱਛੇ ਲੈ ਜਾਣੇ ਇਸ ਤਰ੍ਹਾਂ। ਇੱਕ 2-3-4 ਫਿਰ ਉਸੇ ਤਰ੍ਹਾਂ 4 ਕੁੰਡੇ ਸਿੱਧੇ ਆ ਜਾਣਗੇ। 1-2-3-4 'ਤੇ ਫਿਰ ਕੇਬਲ ਆ ਜਾਣੀ। ਉਸੇ ਤਰ੍ਹਾਂ ਪਿਛਲੇ ਜਿਹੜੇ 2 ਕੁੰਡੇ ਆ ਇਹ ਆਪਾਂ ਅੱਗੇ ਲੈ ਆਉਣੇ ਇਸ ਤਰ੍ਹਾਂ, ਅਗਲੇ 2 ਕੁੰਡੇ ਆਪਾਂ ਪਿੱਛੇ ਲੈ ਜਾਣੇ।
ਫਿਰ ਚਾਰੇ ਕੁੰਡੇ ਸਿੱਧੇ ਬਣਾ ਦੇਣੇ ਆ। ਇੱਕ ਦੋ ਤਿੰਨ ਚਾਰ, ਅਤੇ ਚਾਰ ਕੁੰਡੇ ਆ ਗਏ ਆਪਣੇ ਸਿੱਧੇ। ਇੱਕ ਦੋ ਤਿੰਨ ਚਾਰ, ਇੱਕ ਸਿਲਾਈ ਆਪਣੇ ਡਿਜ਼ਾਇਨ ਦੀ ਕੰਪਲੀਟ ਹੋ ਗਈ। ਉਲਟੇ ਪਾਸੇ ਤੋਂ ਸਾਰੀਆਂ ਸਿਲਾਈਆਂ ਆਪਾਂ ਇਸ ਡਿਜ਼ਾਇਨ ਦੀਆਂ ਉਲਟੀਆਂ ਹੀ ਬਣਾਉਣਾ। ਸਿੱਧੇ ਪਾਸੇ ਤੋਂ ਚਾਰ ਕੁੰਡਿਆਂ ਦਾ ਡਿਜ਼ਾਇਨ ਬਣਦਾ ਅਤੇ ਉਲਟੇ ਪਾਸੇ ਤੋਂ ਸਿਲਾਈਆਂ ਉਲਟੀਆਂ ਹੀ ਬਣਦੀਆਂ ਇਸ ਡਿਜ਼ਾਇਨ ਦੀਆਂ। ਬਹੁਤ ਹੀ ਸੌਖਾ ਡਿਜ਼ਾਇਨ ਹੈ। ਹੁਣ ਆਪਣੀ ਦੂਸਰੀ ਸਿਲਾਈ ਆ ਗਈ ਇਹ ਉਲਟ ਪਾਸੇ ਤੋਂ, ਸਾਰੀ ਸਿਲਾਈ ਆਪਾਂ ਉਲਟੀ ਬਣਾ ਲੈਣੀ ਹੈ। ਇਹ ਦੂਸਰੀ ਸਿਲਾਈ ਉਲਟ ਪਾਸੇ ਤੋਂ ਆਪਣੀ ਜਿਹੜੀ ਕੰਪਲੀਟ ਹੋ ਗਈ ਇਸ ਤਰ੍ਹਾਂ। ਹੁਣ ਆਪਾਂ ਤੀਸਰੀ ਸਿਲਾਈ ਬਣਾਉਣੀ ਹੈ ਸਿੱਧੇ ਪਾਸੇ ਤੋਂ। ਜਿਹੜੇ ਚਾਰ ਕੁੰਡੇ ਆਪਣੇ ਸਿੱਧੇ ਆ ਰਹੇ ਆ ਤਾਂ ਹਰ ਵਾਰ ਆਪਾਂ ਸਿੱਧੇ ਹੀ ਬਣਾਉਣੇ ਹੈ। ਇਸ ਤਰ੍ਹਾਂ ਇੱਕ ਆਪਣਾ ਕੰਨੀ ਵਾਲਾ ਕੁੰਡਾ ਹੋ ਗਿਆ, ਫਿਰ ਦੂਸਰਾ ਕੁੰਡਾ ਸਿੱਧਾ, ਤੀਸਰਾ ਕੁੰਡਾ ਸਿੱਧਾ, ਚੌਥਾ ਕੁੰਡਾ ਸਿੱਧਾ। ਹੁਣ ਜਿਹੜੀ ਚਾਰ ਕੁੰਡਿਆਂ 'ਤੇ ਆਪਣੀ ਕੇਬਲ ਹੈ, ਪਹਿਲਾਂ ਆਪਣੀ ਕੇਬਲ ਇੱਧਰ ਨੂੰ ਜਾਂਦੀ ਸੀ, ਹੁਣ ਆਪਾਂ ਇਹ ਕੇਬਲ ਇਸ ਤਰ੍ਹਾਂ ਇੱਧਰ ਨੂੰ ਲੈ ਕੇ ਆਉਂਦੇ ਹਾਂ। ਜਿਹੜੇ ਇਹ ਦੋ ਕੁੰਡੇ ਆ, ਜਿਹੜੇ ਅਗਲੇ ਦੋ ਕੁੰਡੇ ਆ ਪਿੱਛੇ ਜਾਣਗੇ, ਜਿਹੜੇ ਪਿਛਲੇ ਦੋ ਕੁੰਡੇ ਆ ਉਹ ਪਿਛਲੀ ਸਾਈਡ ਤੋਂ ਅੱਗੇ ਆ ਜਾਣਗੇ। ਇਸ ਤਰ੍ਹਾਂ ਪਿਛਲੇ ਦੋ ਕੁੰਡੇ ਆਪਾਂ ਇਸ ਤਰ੍ਹਾਂ ਅੱਗੇ ਲੈ ਆਵਾਂਗੇ, ਅਗਲੇ ਦੋ ਕੁੰਡੇ ਪਿੱਛੇ ਲੈ ਜਾਂਗੇ। ਫਿਰ ਚਾਰੇ ਕੁੰਡੇ ਆਪਾਂ ਸਿੱਧੇ ਬਣਾ ਦਾਂਗੇ। ਇੱਕ ਦੋ ਤਿੰਨ ਚਾਰ, ਇਸ ਤਰ੍ਹਾਂ ਚਾਰ ਕੁੰਡੇ ਸਿੱਧੇ ਹੋ ਗਏ, ਚਾਰ 'ਤੇ ਕੇਬਲ ਹੋ ਗਈ। ਅੱਗੇ ਫਿਰ ਉਸੇ ਤਰ੍ਹਾਂ ਚਾਰ ਕੁੰਡੇ ਸਿੱਧੇ, ਇੱਕ ਦੋ ਤਿੰਨ ਚਾਰ, ਚਾਰ ਕੁੰਡਿਆਂ 'ਤੇ ਕੇਬਲ, ਅਗਲੇ ਦੋ ਕੁੰਡੇ ਪਿੱਛੇ ਜਾਣਗੇ, ਪਿਛਲੇ ਦੋ ਕੁੰਡੇ ਅੱਗੇ ਆਉਣਗੇ। ਬਹੁਤ ਹੀ ਆਸਾਨੀ ਨਾਲ ਇਸ ਤਰ੍ਹਾਂ ਜਿਹੜੇ ਆਪਣੇ ਕੁੰਡੇ ਆ ਕੇਬਲ ਆ ਜਿਹੜੀ ਆਪਾਂ ਬਣਾਉਂਦੇ ਜਾਂਦੇ ਹਾਂ। ਹੁਣ ਆਪਾਂ ਚਾਰੇ ਕੁੰਡੇ ਸਿੱਧੇ ਬਣਾ ਦਿਆਂਗੇ। ਇੱਕ ਦੋ ਤਿੰਨ ਚਾਰ, ਫਿਰ ਚਾਰ ਕੁੰਡੇ ਸਿੱਧੇ, ਇੱਕ ਦੋ ਤਿੰਨ ਚਾਰ, ਅੱਗੇ ਫਿਰ ਚਾਰ ਕੁੰਡਿਆਂ 'ਤੇ ਕੇਬਲ, ਅਗਲੇ ਦੋ ਕੁੰਡੇ ਪਿੱਛੇ, ਪਿਛਲੇ ਦੋ ਕੁੰਡੇ ਅੱਗੇ ਜਾਣਗੇ। ਇਸ ਤਰ੍ਹਾਂ ਅਗਲੇ ਦੋ ਕੁੰਡੇ ਆਪਾਂ ਪਿੱਛੇ ਲੈ ਜਾਂਗੇ। ਪਿਛਲੇ ਦੋ ਕੁੰਡੇ ਅੱਗੇ ਲੈ ਆਵਾਂਗੇ ਇਸ ਤਰ੍ਹਾਂ। ਫਿਰ ਚਾਰੇ ਕੁੰਡੇ ਸਿੱਧੇ ਬਣਾ ਲਿਆਂਗੇ। ਇੱਕ
ਦੋ ਤਿੰਨ ਚਾਰ, ਫਿਰ ਚਾਰ ਕੁੰਡੇ ਸਿੱਧੇ, ਇੱਕ ਦੋ ਤਿੰਨ ਚਾਰ, ਤੀਸਰੀ ਸਿਲਾਈ ਕੰਪਲੀਟ ਹੋ ਗਈ। ਚੌਥੀ ਸਿਲਾਈ ਆਪਣੀ ਉਲਟ ਪਾਸੇ ਤੋਂ ਸਾਰੀ ਆਪਾਂ ਉਲਟੀ ਬੁਣ ਕੇ ਕੰਪਲੀਟ ਕਰਾਂਗੇ। ਇਸ ਤਰ੍ਹਾਂ ਚਾਰ ਸਲਾਂਗਾਂ ਦਾ ਆਪਣਾ ਡਿਜ਼ਾਈਨ ਹੈ। ਚਾਰ ਸਲਾਂਗਾਂ ਨੂੰ ਆਪਾਂ ਵਾਰ ਵਾਰ ਰਿਪੀਟ ਕਰਨਾ, ਬਹੁਤ ਹੀ ਈਜ਼ੀ ਪੈਟਰਨ ਹੈ। ਜੇਕਰ ਤੁਸੀਂ ਮੇਰੇ ਚੈਨਲ 'ਤੇ ਨਵੇਂ ਹਾਂ ਤਾਂ ਮੇਰੇ ਸਰਬ ਕ੍ਰੀਏਸ਼ਨ ਯੂਟਿਊਬ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਜੀ, ਅਤੇ ਬੈੱਲ ਆਈਕਨ ਪ੍ਰੈਸ ਕਰ ਲਓ ਤਾਂ ਜੋ ਜਿਹੜੀ ਵੀ ਮੈਂ ਵੀਡੀਓ ਬਣਾਵਾਂ ਉਹਦੀ ਨੋਟੀਫਿਕੇਸ਼ਨ ਹੈ ਜਿਹੜੀ ਉਹ ਤੁਹਾਡੇ ਤੱਕ ਪਹੁੰਚ ਸਕੇ। ਲਓ ਜੀ, ਚੌਥੀ ਸਿਲਾਈ ਆਪਾਂ ਡਿਜ਼ਾਇਨ ਦੀ ਕੰਪਲੀਟ ਕਰ ਲਈ। ਚਾਰ ਸਲਾਂਗਾਂ ਦਾ ਆਪਣਾ ਡਿਜ਼ਾਇਨ। ਹੁਣ ਜਦੋਂ ਆਪਾਂ ਡਿਜ਼ਾਇਨ ਦੁਬਾਰਾ ਸ਼ੁਰੂ ਕਰਨਾ ਤਾਂ ਉਸੇ ਤਰ੍ਹਾਂ ਚਾਰ ਸਿੱਧੇ, ਚਾਰ ਕੁੰਡਿਆਂ 'ਤੇ ਕੇਵਲ ਪਿਛਲੇ ਦੋ ਕੁੰਡੇ ਅੱਗੇ ਆ ਜਾਣਗੇ, ਅਗਲੇ ਦੋ ਕੁੰਡੇ ਪਿੱਛੇ, ਜਿਵੇਂ ਆਪਾਂ ਡਿਜ਼ਾਇਨ ਦੀ ਪਹਿਲੀ ਸਿਲਾਈ ਬਣਾਈ ਸੀ। ਤਾਂ ਤੁਹਾਨੂੰ ਜਿਹੜਾ ਇਹ ਡਿਜ਼ਾਇਨ ਹੈ ਕਿਸ ਤਰ੍ਹਾਂ ਦਾ ਲੱਗਿਆ ਮੈਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ। ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦਿਓ ਜੀ। ਧੰਨਵਾਦ।